ਰੋਪਰਟੀ ਵਨ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਤੱਕ ਤੁਸੀਂ ਇੰਟਰਵਿਊ ਤਾਂ ਸ਼ਾਇਦ ਬਹੁਤ ਸਾਰੀਆਂ ਦੇਖੀਆਂ ਹੋਣਗੀਆਂ, ਜਿਸ ਤਰ੍ਹਾਂ ਰਾਮ ਚੰਦਰ ਦੀ, ਸੀਤਾ ਦੀ, ਹਨੂੰਮਾਨ ਜੀ ਦੀ, ਇਸ ਤੋਂ ਇਲਾਵਾ ਸ਼ਾਇਦ ਹੋਰ ਬਹੁਤ ਸਾਰੀਆਂ ਇੰਟਰਵਿਊਆਂ ਸਾਡੇ ਟੀਵੀ ਚੈਨਲਾਂ 'ਤੇ ਜਾਂ ਵੈਬ ਟੀਵੀ 'ਤੇ ਦੇਖੀਆਂ ਹੋਣਗੀਆਂ। ਲੇਕਿਨ ਦੋਸਤੋ, ਅਸੀਂ ਨਵੀਂ ਇੰਟਰਵਿਊ ਤੁਹਾਡੇ ਨਾਲ ਕਰਨ ਜਾ ਰਹੇ ਹਾਂ, ਇੱਕ ਰਾਵਣ ਦੀ। ਅਤੇ ਰਾਵਣ ਦੀ ਉਹ ਇੰਟਰਵਿਊ ਹੈ ਸਾਡੇ ਨਾਲ, ਜਿਹੜੇ ਜਿਨ੍ਹਾਂ ਨੇ ਪਿਛਲੇ ਜਿਹੜੇ ਕਈ ਸਾਲਾਂ ਤੋਂ ਜਿਹੜੇ ਰਾਵਣ ਦਾ ਰੋਲ ਨਿਭਾ ਰਹੇ ਹਾਂ, ਅਤੇ ਔਰ ਬਹੁਤ ਵਧੀਆ ਰੋਲ ਜਿਹੜਾ ਹੈ ਇਹਨਾਂ ਨੇ ਕੀਤਾ। ਅਤੇ ਆਓ ਅਸੀਂ ਗੱਲ ਕਰਦੇ ਹਾਂ ਸਾਡੇ ਨਾਲ ਜਿਹੜੇ ਪ੍ਰਤੋਸ਼ ਪੱਟੀ ਜੀ, ਜਿਹੜੇ ਇਸ ਵੇਲੇ ਨੇ। ਸਰ, ਪਹਿਲਾਂ ਤੁਸੀਂ ਦੱਸਿਓ ਵੀ ਤੁਸੀਂ ਕਿਆ ਨਾਮ ਹੈ ਤੁਹਾਡਾ ਅਤੇ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਹੋ? ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਜੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਮੈਂ ਤੁਹਾਡੇ ਇੱਥੇ ਰੋਪੜ ਦੇ ਹੀ ਵਸਨੀਕ, ਗਿਆਨੀ ਜੈਲ ਸਿੰਘ ਨਗਰ ਦੇ ਵਿੱਚ ਮੈਂ ਇੱਥੇ ਰਾਮਲੀਲਾ ਦੇ ਵਿੱਚ ਰਾਵਣ ਦਾ ਰੋਲ ਕਰਦਾ ਹਾਂ। ਅਤੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਜਣਿਆਂ ਨੂੰ, ਜਿਹੜੇ ਮੇਰੇ ਸਰੋਤਾ, ਜਿਹੜੇ ਮੇਰੇ ਸੁਣਨ ਵਾਲੇ, ਜਿਹੜੇ ਮੈਨੂੰ ਦੇਖਣ ਵਾਲੇ ਸਾਰਿਆਂ ਨੂੰ ਮੇਰੇ ਵੱਲੋਂ ਜੈ ਸ਼ੰਕਰ ਕੀ। ਅਤੇ ਮੈਨੂੰ ਰਾਮਲੀਲਾ ਦੇ ਵਿੱਚ ਲਗਾਤਾਰ ਰੋਲ ਕਰਦੇ ਨੂੰ ਤਕਰੀਬਨ 5 ਸਾਲ ਤਾਂ ਰਾਵਣ ਦਾ ਹੀ ਰੋਲ ਪਲੇ ਕਰਦੇ ਹੋ ਗਏ। ਅਤੇ ਬਾਕੀ ਹੁਣ ਜਿਵੇਂ ਮੈਂ ਰਾਵਣ ਦੇ ਰੋਲ ਤੋਂ ਇੰਨਾ ਪ੍ਰੇਰਿਤ ਹੈ ਕਿ ਮੈਨੂੰ ਇੰਨਾ ਕੁ ਵਧੀਆ ਕਰੈਕਟਰ ਲੱਗਦਾ ਕਿ ਸ਼ਿਸ਼ਟਾਚਾਰੀ ਕਰੈਕਟਰ ਰਾਵਣ ਹੀ ਸਭ ਤੋਂ ਵਧੀਆ ਦੇਖਿਆ ਜਾਂਦਾ ਹੈ। ਅਤੇ ਮੈਂ ਜਦ ਤੱਕ ਮੈਂ ਜੀਊਂਗਾ, ਜਦ ਤੱਕ ਮੈਂ ਰੋਲ ਕਰੂੰਗਾ, ਅਤੇ ਮੈਂ ਕੋਸ਼ਿਸ਼ ਕਰਾਂਗਾ ਕਿ ਰਾਵਣ ਦਾ ਹੀ ਰੋਲ ਕਰਾਂ। ਤੁਸੀਂ ਜਦੋਂ ਅਸੀਂ ਕੱਲ੍ਹ ਤੁਹਾਡੀ ਐਕਟਿੰਗ ਦੇਖੀ ਹੈ ਅਤੇ ਬਹੁਤ ਵਧੀਆ ਤੁਹਾਡੀ ਐਕਟਿੰਗ ਜਿਹੜੀ ਹੈ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਦੇਖ ਰਹੇ ਸੀਗੇ, ਉਸ ਵੇਲੇ ਤੁਸੀਂ ਕੋਈ ਤੁਹਾਨੂੰ ਇਸ ਤਰ੍ਹਾਂ ਕੋਈ ਅਲੱਗ ਮਹਿਸੂਸ ਹੁੰਦਾ ਜਦੋਂ ਤੁਸੀਂ ਰੋਲ ਕਰਦੇ ਹੁੰਦੇ? ਨਹੀਂ, ਮੈਨੂੰ ਜਿਹੜੀ ਅਲੱਗ ਦੀ ਗੱਲ ਹੈ, ਵੈਸੇ ਹੈ ਤਾਂ ਮੈਂ ਤੁਹਾਡੇ ਵਿੱਚੋਂ ਹੀ ਸਾਰਾ, ਪਰ ਜਦੋਂ ਮੈਂ ਸਟੇਜ ਦੇ ਉੱਤੇ ਇੱਕ ਰਾਵਣ ਦਾ ਪੂਰਾ ਕਰੈਕਟਰ ਆਪਣੇ ਵਿੱਚ ਸਮਾ ਲੈਂਦਾ ਹੈ, ਅਤੇ ਉਸ ਟਾਈਮ ਮੈਨੂੰ ਐਂ ਲੱਗਦਾ ਹੈ ਕਿ ਵਾਕਈ ਇਸ ਟਾਈਮ ਭਗਵਾਨ ਰਾਮ ਮੇਰੇ ਸਾਹਮਣੇ ਨੇ, ਅਤੇ ਰਾਵਣ ਦਾ ਉਧਾਰ ਕਰਨ ਵਾਸਤੇ ਭਗਵਾਨ ਰਾਮ ਬਕਾਇਦਾ ਧਰਤੀ ਦੇ ਉੱਤੇ ਉਤਰ ਕੇ ਆਏ ਹੈ। ਅਤੇ ਰਾਵਣ ਨੂੰ ਉਸ ਟਾਈਮ ਜੋ ਰਾਵਣ ਨੇ ਸੋਚਿਆ ਹੋਇਆ ਸੀ ਕਿ ਆਪਣਾ ਜਿਹੜਾ ਰਾਵਣ ਨੇ ਮ੍ਰਿਤਿਊ ਹੋਣੀ ਹੈ, ਰਾਵਣ ਨੂੰ ਸਾਰਾ ਪਤਾ ਸੀ, ਅਤੇ ਭਗਵਾਨ ਤੋਂ ਬਿਨਾਂ ਕਿਸੇ ਤਰ੍ਹਾਂ ਹੋ ਨਹੀਂ ਸਕਦੀ, ਉਹਨਾਂ ਨੇ ਸ਼੍ਰੀ ਰਾਮ ਚੰਦਰ ਜੀ ਨੂੰ ਜਾਣ ਬੁੱਝ ਕੇ ਕਹਿ ਲਓ ਜਾਂ ਆਪਣੀ ਭੈਣ ਦੇ ਬਦਲੇ ਕਰਕੇ ਕਹਿ ਲਓ ਵੀ ਬਦਲਾ ਲੈਣ ਵਾਸਤੇ, ਅਤੇ ਉਹਨਾਂ ਨਾਲ ਪੰਗਾ ਲਿੱਤਾ, ਅਤੇ ਉਸ ਤੋਂ ਬਾਅਦ ਫਿਰ ਉਹਨਾਂ ਦਾ ਜਿਹੜਾ ਰਾਵਣ ਜੀ ਦਾ ਹੋਇਆ ਸੀ, ਵੱਧ ਹੋਇਆ ਸੀ, ਉਹ ਸ਼੍ਰੀ ਰਾਮ ਚੰਦਰ, ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਹੱਥੋਂ ਹੋਣਾ ਸੀ, ਅਤੇ ਉਹ ਉੱਥੋਂ ਹੀ ਕਰਵਾਇਆ ਉਹਨਾਂ ਨੇ। ਤੁਸੀਂ ਕਿੰਨੀ ਕੁ ਉਮਰ ਤੋਂ ਇਸ ਦੇ ਰੰਗ ਦੇ ਵਿੱਚ ਭਾਗ ਲੈਣਾ ਸ਼ੁਰੂ ਕਰਿਆ? ਮੈਂ ਭਾਜੀ ਮੈਨੂੰ ਜਦੋਂ ਮੈਂ 8 ਸਾਲ ਦਾ ਸੀ, ਅਤੇ ਫਸਟ ਟਾਈਮ ਮੈਂ 8 ਸਾਲ ਦੇ ਵਿੱਚ ਮੈਂ ਐਂਟਰੀ ਲਈ, ਅਤੇ ਉਦੋਂ ਮੇਰੇ ਫਾਦਰ ਸ਼੍ਰੀ ਵੀਰਨਾਥ ਭੱਟੀ ਜੀ, ਆਪਣਾ ਬਜਰੰਗ ਡਰਾਮਾਟਿਕ ਕਲੱਬ ਜਾਂ ਆਪਣਾ ਮੀਰਾਵੇ ਚੌਂਕ ਜਿਹੜੀ ਰਾਮਲੀਲਾ ਹੋਈ ਹੈ, ਉਸ ਤੋਂ ਬਾਅਦ ਉਹ ਰਾਮਲੀਲਾ ਹੋਈ ਹੈ ਜਾ ਕੇ ਆਪਣਾ ਮੰਡੀ ਦੇ ਵਿੱਚ, ਅਤੇ ਬੇਲਾ ਚੌਂਕ ਉਸ ਜਗ੍ਹਾ 'ਤੇ ਹੋਈ, ਉੱਥੇ ਮੇਰੇ ਫਾਦਰ ਡਾਇਰੈਕਟਰ ਸੀਗੇ, ਅਤੇ ਉਹਨਾਂ ਦੀ ਮੈਂ ਸ਼ੁਰੂਆਤ ਕੀਤੀ ਉੱਥੋਂ, 8 ਸਾਲ ਦਾ ਸੀਗਾ। ਅਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਅਸੀਂ ਅੱਗੇ ਵੱਧਦੇ ਰਹੇ, ਅਤੇ ਰੈਗੂਲਰ ਆਪਾਂ ਨੇ ਮੈਂ ਮੇਕਅਪ ਡਾਇਰੈਕਟਰ ਦਾ ਵੀ ਕੰਮ ਕੀਤਾ, ਅਤੇ ਐਜ਼ ਏ ਡਾਇਰੈਕਟਰ ਵੀ ਰਾਮਲੀਲਾ ਦੇ ਵਿੱਚ ਮੈਂ ਕੰਮ ਕੀਤਾ, ਕਈ ਬੱਚੇ ਮੈਂ ਸਿਖਾਏ ਵੀ ਹੈ, ਅਤੇ ਮੇਰੇ ਬੱਚੇ ਸਿਖਾਏ ਪਏ ਜਿਹੜੇ ਹੈਗੇ ਹੈ, ਅਤੇ ਇੱਕ ਜਿਹੜਾ ਮੈਂ ਰਾਮ ਦਾ ਲੜਕਾ ਜੀ ਨੂੰ ਰੋਲ ਸਿਖਾਇਆ, ਸੀਤਾ ਦਾ ਸਿਖਾਇਆ, ਇੱਕ ਲੜਕਾ ਕਨੇਡਾ ਬੈਠਾ ਗੁਨੀਸ਼ ਚਾਰੀ, ਅਤੇ ਜਿਹੜੀ ਇੱਕ ਮੁੰਡਾ ਸੀਤਾ ਵਰ ਜਿਹਨੂੰ ਪਲੇ ਸਿਖਾਇਆ, ਉਹ ਇਸ ਟਾਈਮ ਮੁੰਡਾ ਅਮੈਰੀਕਾ ਦੇ ਵਿੱਚ ਹੈ, ਅਤੇ ਬਾਕੀ ਅੱਗੇ ਤੁਹਾਡੇ ਸਾਹਮਣੇ ਚੱਲ ਰਿਹਾ। ਤੁਸੀਂ ਇਸ ਤੋਂ ਇਲਾਵਾ ਹੋਰ ਕੀ ਪੇਸ਼ਾ ਤੁਹਾਡਾ? ਮੈਂ ਭਾਅ ਜੀ ਵਾਟਰ ਸਪਲਾਈ ਰੋਪੜ ਦੇ ਵਿੱਚ ਐਜ਼ ਏ ਪੰਪ ਆਪਰੇਟਰ ਮੈਂ ਕੰਮ ਕਰਦਾ, ਅਤੇ ਇਸ ਤੋਂ ਇਲਾਵਾ ਮੇਰੀ ਫੈਮਿਲੀ ਹੈ, ਫੈਮਿਲੀ ਦੇ ਵਿੱਚ ਮੇਰੇ ਫਾਦਰ, ਮੇਰੇ ਮਦਰ, ਮੇਰੇ ਭੂਆ ਜੀ ਅਤੇ ਮੇਰੀ ਵਾਈਫ, ਜਿਹੜੀ ਕਿ ਮੈਨੂੰ ਬਹੁਤ ਪੁਸ਼ ਕਰਦੇ ਹੈ ਇਸ ਰੋਲ ਕਰਨ ਵਾਸਤੇ, ਮੇਰਾ ਕਾਫੀ ਸਾਥ ਦਿੰਦੇ ਹੈ। ਜਦੋਂ ਵੀ ਤਕਰੀਬਨ ਮੈਂ ਰਾਮਲੀਲਾ ਹੁੰਦੀ ਹੈ, ਸ਼ੁਰੂ ਹੁੰਦੀ ਹੈ, ਮੇਰਾ ਜਿੰਨਾ ਵੀ ਸਾਰਾ ਸਾਜੋ ਸਮਾਨ ਜਿੰਨਾ ਹੈ, ਡਰੈਸ ਵਗੈਰਾ ਸਾਰਾ ਉਹਨਾਂ ਨੇ ਹੀ ਪੂਰਾ ਕਵਰ ਕਰਨਾ ਹੈ। ਉਹਨਾਂ ਨੇ A to Z ਜੋ ਡਰੈਸਿਸ ਕਿਤੇ ਖਰਾਬ ਹੋ ਗਈ ਹੈ, ਟਾਂਕਾ ਲੱਗ ਜਾਣਾ ਹੈ, ਜਾਂ ਕਿਤੇ ਸ਼ਸਤਰ ਅਸਤਰ ਜੋ ਵੀ ਹੈਗੇ ਹੈ, ਉਹ ਸਾਰੇ ਉਹਨਾਂ ਨੇ ਮੈਨੂੰ ਰੈਡੀ ਕਰਕੇ ਦੇਣੇ। ਠੀਕ ਹੈ, ਕੱਟ ਕਰ।
ਦੇਖੋ ਮੇਰੇ ਵੱਲੋਂ ਮੈਸੇਜ ਸਿਰਫ ਲੋਕਾਂ ਨੂੰ ਇਹ ਹੈ ਕਿ ਜਿਹੜਾ ਰਾਵਣ ਸੀਗਾ ਅਸਲ ਦੇ ਵਿੱਚ ਅਸੀਂ ਦੇਖੀਏ ਜਿਹੜਾ ਰਾਵਣ ਸੀਗਾ, ਰਾਵਣ ਇੱਕ ਐਸਾ ਕਿਰਦਾਰ ਸੀਗਾ ਉਹਨੇ ਦੁਨੀਆ ਦੇ ਵਿੱਚ ਜਿਹੜਾ ਆਪਾਂ ਉਹਦਾ ਬਦਨਾਮ ਤਾਂ ਵੈਸੇ ਹੀ ਕਰ ਦਿੱਤਾ ਗਿਆ। ਐਦਾਂ ਰਾਵਣ ਕੁਛ ਨਹੀਂ ਸੀਗਾ, ਇੱਕ ਬਹੁਤ ਸ਼ਿਸ਼ਟਾਚਾਰੀ ਬੰਦਾ ਸੀ, ਪੜ੍ਹਿਆ ਲਿਖਿਆ ਸੀ, ਚਾਰੋ ਵੇਦ ਦਾ ਗਿਆਤਾ ਸੀਗਾ। ਅਤੇ ਉਸ ਤੋਂ ਬਾਅਦ ਉਹਦੇ ਵਿੱਚ ਕੀ ਹੋਇਆ, ਉਹਨੇ ਸੀਤਾ ਨੂੰ ਬਿਸ਼ੱਕ ਦੀ ਹਰਨ ਕੀਤਾ, ਸੀਤਾ ਨੂੰ ਉਹਨੇ ਆਪਣੀ ਐਸ ਜਗ੍ਹਾ 'ਤੇ ਰੱਖਿਆ ਜਿੱਥੇ ਫੁੱਲ ਬੂਟੇ ਅਤੇ ਪਲੱਸ ਜਿੰਨੇ ਫਲ ਫਰੂਟ ਸੀਗੇ ਸਾਰੇ ਉਸ ਜਗ੍ਹਾ ਮੌਜੂਦ ਸੀਗੇ, ਜਿਹਨੂੰ ਕਹਿੰਦੇ ਸੀਗੇ ਅਸ਼ੋਕ ਵਾਟਕਾ। ਅਤੇ ਉਸ ਅਸ਼ੋਕ ਵਾਟਕਾ ਦੇ ਵਿੱਚ ਹਰ ਤਰ੍ਹਾਂ ਦਾ ਫਰੂਟ ਸਾਰਾ ਕੁਛ ਮੌਜੂਦ ਸੀਗਾ। ਅਤੇ ਰਾਵਣ ਨੇ ਸੀਤਾ ਨੂੰ ਉੱਥੇ ਜਿੰਨੇ ਉਹਦੇ ਸੈਨਿਕ ਵੀ ਰੱਖੇ ਸੀਗੇ ਉੱਥੇ ਉਹ ਲੇਡੀ ਸੈਨਿਕ ਸੀਗੇ, ਜੈਂਟ ਸੈਨਿਕ ਕੋਈ ਨਹੀਂ ਸੀਗਾ, ਕਿਉਂਕਿ ਸੀਤਾ ਇੰਨੀ ਸੋਹਣੀ ਸੀ ਕੋਈ ਵੀ ਉਹਨੂੰ ਦੇਖ ਕੇ ਮੋਹਿਤ ਹੋ ਸਕਦਾ ਸੀ। ਪਰ ਗੱਲ ਇਹ ਹੋਈ ਸੀ ਉਹਨਾਂ ਨੇ ਉੱਥੇ ਸਾਰੇ ਲੇਡੀ ਸੈਨਿਕ ਰੱਖੇ ਤਾਂ ਕਿ ਉਹਨਾਂ ਦੀ ਪੂਰੀ ਕੇਅਰਟੇਕ ਹੋ ਸਕੇ। ਉਸ ਤੋਂ ਬਾਅਦ ਜਿਹੜੀ ਆਪਾਂ ਅੱਜ ਦੀ ਗੱਲ ਕਰਦੇ ਹਾਂ, ਮੈਸੇਜ ਦੀ ਗੱਲ ਕਰਦੇ ਹਾਂ, ਮੈਸੇਜ ਦੇ ਵਿੱਚ ਇਹ ਆ ਜਾਂਦਾ ਹੈ ਰਾਵਣ ਤਾਂ ਮੌਜੂਦ ਉਦੋਂ ਤਾਂ ਜਦੋਂ ਰਾਵਣ ਮਰ ਗਿਆ, ਆਪਾਂ ਹਰ ਸਾਲ ਰਾਵਣ ਫੂਕਦੇ ਹਾਂ, ਪਰ ਮੈਂ ਕਹਿੰਦਾ ਵੀ ਜਿਹੜਾ ਹੁਣ ਸਾਡੇ ਅੰਦਰ ਦਾ ਰਾਵਣ ਹੈ ਉਹ ਹਲੇ ਤੱਕ ਨਹੀਂ ਮਰਿਆ, ਕਿਉਂਕਿ ਆਪਾਂ ਰੋਜ਼ ਦੇਖਦੇ ਹਾਂ ਟੀਵੀ ਦੇ ਉੱਤੇ ਆਉਂਦਾ ਹੈ, ਨਿਊਜ਼ ਪੇਪਰ ਦੇ ਵਿੱਚ ਵੀ ਆਉਂਦਾ ਹੈ ਅਤੇ ਕਿ ਰਾਵਣ ਛੋਟੇ ਛੋਟੇ ਬੱਚਿਆਂ ਜਿਹੜੇ ਛੋਟੇ ਛੋਟੇ ਦੋ ਦੋ ਚਾਰ ਚਾਰ ਪੰਜ ਪੰਜ ਸਾਲ ਛੇ ਛੇ ਸਾਲ ਯਾਨੀ ਕਿ ਬੱਚਿਆਂ ਨਾਲ ਜੋ ਰੇਪ ਹੋ ਰਹੇ ਨੇ, ਠੀਕ ਹੈ ਜੀ, ਉਹ ਸਾਰਾ ਗਲਤ ਹੈ। ਰਾਵਣ ਸਾਨੂੰ ਖਤਮ ਕਰਨਾ ਚਾਹੀਦਾ, ਪਹਿਲਾਂ ਆਪਣੇ ਵਿੱਚੋਂ ਖਤਮ ਕਰੋ। ਅਸੀਂ ਉਸ ਰਾਵਣ ਨੂੰ ਤਾਂ ਹਰ ਸਾਲ ਜਲਾਉਂਦੇ ਹਾਂ ਜਿਹਨੇ ਸੀਤਾ ਦਾ ਹਰਨ ਕੀਤਾ ਸੀਗਾ, ਅਸੀਂ ਉਸ ਚੀਜ਼ ਨੂੰ ਦੇਖਦੇ ਹਾਂ ਪਰ ਅਸੀਂ ਉਸ ਚੀਜ਼ ਨੂੰ ਕਦੇ ਨਹੀਂ ਨੋਟ ਕਰਦੇ ਜਿਹੜਾ ਸਾਡੇ ਅੰਦਰ ਰਾਵਣ ਹੈ। ਉਸ ਰਾਵਣ ਨੂੰ ਖਤਮ ਕੀਤਾ ਜਾਵੇ ਤਾਂ ਸਾਡੇ ਵਿੱਚੋਂ ਇਹ ਰਾਵਣ ਖਤਮ ਹੋ ਸਕਦਾ ਅਤੇ ਇਹ ਹੰਕਾਰ ਖਤਮ ਹੋਊਗਾ ਤਾਂ ਇਹ ਸਾਰਾ ਕੁਛ ਖਤਮ ਹੋਏਗਾ। ਜੀ ਹਾਂ, ਤਿਲੋਕ ਭੱਟ ਜੀ ਨੇ ਜਿਹੜੀ ਸਾਨੂੰ ਜਿਹੜੀ ਸਿੱਖਿਆ ਦਿੱਤੀ, ਪ੍ਰਿਤੋਸ਼ ਭੱਟੀ ਜਿਨ੍ਹਾਂ ਨੇ ਸਾਨੂੰ ਸਿੱਖਿਆ ਦਿੱਤੀ ਹੈ, ਲੋਕਾਂ ਨੂੰ ਸਿੱਖਿਆ ਦਿੱਤੀ ਹੈ ਕਿ ਸਾਨੂੰ ਆਪਣੇ ਆਪ ਦਾ ਰਾਵਣ ਖਤਮ ਕਰਨ ਤੋਂ ਕਰਨਾ ਚਾਹੀਦਾ ਹੈ ਤਾਂ ਹੀ ਜਿਹੜਾ ਦੁਨੀਆ ਦਾ ਉਧਾਰ ਹੋ ਸਕਦਾ ਹੈ। ਅਤੇ ਅਸੀਂ ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਅਗਲੇ ਅੱਗੇ ਵਾਸਤੇ ਕਿਸੇ ਹੋਰ ਸ਼ਖਸੀਅਤ ਨੂੰ ਲੈ ਕੇ ਅਸੀਂ ਫਿਰ ਰੂਬਰੂ ਹੋਵਾਂਗੇ। ਸਤਿ ਸ਼੍ਰੀ ਅਕਾਲ ਜੀ।